उठे टोबे कनी जवाक हथ दूई जे न्योए न्योए इसके बिच पानी जाई जाए लैटरिया बच्चा वास्ते जा कराइए जा रहे पानी ਜਦੋਂ ਲੈਟਰੀਨ ਵਾਲੇ ਹੱਥ ਧੋਏ ਗੰਦਾ ਪਾਣੀ ਰੂੜੀਆਂ ਦਾ ਪਾਣੀ ਉਹ ਸਾਰਾ ਪਾਣੀ ਵਾਪ ਜਾਂਦਾ ਉਹੀ ਪਾਣੀ ਜਦੋਂ ਦੁਬਾਰੇ ਮੋਟਰ ਚੱਲਦੀ ਹੈ ਬੱਚਿਆਂ ਦੇ ਪੀਣ ਦੇ ਅਤੇ ਖੁਰਾਲ ਕਲਾਂ ਦੇ ਸਾਰੇ ਨਾਗਰਿਕਾਂ ਦੇ ਪੀਣ ਦੇ ਕੰਮ ਆਉਂਦਾ ਜਿਹੜਾ ਡਾਇਲਟ ਕਰਦੇ ਨੇ ਲੋਕ ਇੱਥੇ ਹੀ ਹੱਥ ਧੋਈ ਜਾਂਦੇ ਨੇ ਇਹੀ ਪਾਣੀ ਸਕੂਲ ਨੂੰ ਜਾਈ ਜਾਂਦਾ ਖੁਰਾਲ ਕਲਾਂ ਨੂੰ ਜਾਈ ਜਾਂਦਾ ਬੱਚਿਆਂ ਨੂੰ ਪੜ੍ਹਾਉਂਦੇ ਕਾਸ ਵਾਸਤੇ ਜੇ ਬਿਮਾਰੀਆਂ ਨਾਲ ਹੀ ਮਰੀ ਗਏ ਪਾਣੀ ਸਰ ਜੀ ਇੱਕ ਤਾਂ ਜਿਹੜੇ ਆਪਣੇ ਇਹ ਨੇ ਆਪਣਾ ਵਾਟਰ ਸਪਲਾਈ ਵਾਲਾ ਹੈਲਪ ਨੰਬਰ ਹੈਗਾ ਉਹਦੇ ਅਸੀਂ ਘੱਟ ਤੋਂ ਘੱਟ 50 ਵਾਰੀ ਫੋਨ ਕਰ ਚੁੱਕੇ ਜੀ ਉਹਨਾਂ ਨੇ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਜੀ SDO ਨੂੰ ਵੀ ਮਿਲ ਚੁੱਕਿਆ ਜੀ ਮੈਂ 10 ਵਾਰੀ ਮਿਲ ਰਿਹਾ ਜੀ ਜਿਹੜੇ ਬੱਚੇ ਨੇ ਤਿੰਨ ਖਡਾਲਾਂ ਦੇ ਬੱਚੇ ਪੜ੍ਹਨ ਆਉਂਦੇ ਨੇ ਇੱਥੇ ਹਫ਼ਤੇ ਦੇ ਵਿੱਚ 5-7 ਬੱਚੇ ਬਿਮਾਰ ਪੈ ਜਾਂਦੇ ਨੇ ਜੀ ਸਤਿ ਸ਼੍ਰੀ ਅਕਾਲ ਮੈਂ ਸੁਖੀ ਮੰਗਾਣੀਆ ਤੁਸੀਂ ਜੁੜੇ ਹੋ ਸਿਰਲੇਖ ਦੇ ਨਾਲ ਮਾਨਸਾ ਜ਼ਿਲ੍ਹੇ ਦਾ ਪਿੰਡ ਖੁਡਾਲ ਕਲਾਂ ਅਤੇ ਇਹ ਤਿੰਨ ਪਿੰਡ ਨੇ ਸ਼ੇਖੂਪੁਰ ਖੁਡਾਲ ਅਤੇ ਅਕਬਰਪੁਰ ਖੁਡਾਲ ਪਿੱਛੇ ਜੇ ਤੁਸੀਂ ਸੁਣਿਆ ਹੋਊਗਾ ਕਿ ਖੁਡਾਲ ਕਲਾਂ ਪਿੰਡ ਅੱਜ ਕੈਂਸਰ ਦਾ ਪਿੰਡ ਬਣ ਚੁੱਕਾ ਹੈ ਉਹਦੇ ਬਹੁਤ ਸਾਰੇ ਕਾਰਨ ਨੇ ਜਿਹੜੀ ਮੁੱਖ ਸਮੱਸਿਆ ਉਹ ਹੈਗੀ ਆ ਪਾਣੀ ਦੀ ਅੱਜ ਹਾਲਾਤ ਦੇਖਣ ਵਾਸਤੇ ਇੱਥੇ ਪਹੁੰਚੇ ਹਾਂ ਹੈਰਾਨੀ ਦੀ ਗੱਲ ਹੈ ਕਿ ਬੇਸ਼ੱਕ ਪਿਛਲੀਆਂ ਸਰਕਾਰਾਂ ਨੇ ਕੱਖ ਨਹੀਂ ਕੀਤਾ ਪਰ ਇਸ ਆਮ ਆਦਮੀ ਪਾਰਟੀ ਦੀ ਹੁਕਮਰਾਨ ਸਰਕਾਰ ਨੂੰ ਅੱਜ ਪਿੰਡ ਨਿਵਾਸੀ ਅਪੀਲ ਕਰਨ ਲਈ ਇਕੱਠੇ ਹੋਏ ਨੇ ਤਾਂ ਕਿ ਇਹਨਾਂ ਨੂੰ ਬਾਅਦ ਦੇ ਵਿੱਚ ਸੰਘਰਸ਼ ਦਾ ਜਿਹੜਾ ਰਾਹ ਹੈ ਉਹ ਇਖਤਿਆਰ ਨਾ ਕਰਨਾ ਪਵੇ ਅੱਜ ਅਸੀਂ ਇਹਨਾਂ ਤਿੰਨੇ ਪਿੰਡਾਂ ਨੂੰ ਵਾਟਰ ਬਕਸ ਅਤੇ ਸਕੂਲ ਇੱਕ ਲੱਗਦਾ ਹਾਈ ਸਕੂਲ ਹੈ ਤਿੰਨੇ ਪਿੰਡਾਂ ਦਾ ਇੱਕ ਸਕੂਲ ਹੈ ਅਤੇ ਵਾਟਰ ਬਕਸ ਵੀ ਜਿਹੜਾ ਇੱਕੋ ਹੀ ਹੈ ਪਰ ਉਸ ਵਾਟਰ ਬਕਸ ਅਕਬਰਪੁਰ ਖਡਾਲ ਤੋਂ ਪਾਣੀ ਚੱਲਦਾ ਹੈ ਸਰਕਾਰੀ ਹਾਈ ਸਕੂਲ ਨੂੰ ਤਿੰਨਾਂ ਪਿੰਡਾਂ ਦੇ ਬੱਚਿਆਂ ਦੇ ਜਿਹੜੇ ਇਹ ਸਕੂਲ 'ਚ ਬੱਚੇ ਪੜ੍ਹਦੇ ਨੇ ਪਰ ਵੱਡੀ ਸਮੱਸਿਆ ਇਹ ਹੈ ਕਿ ਹੈਰਾਨੀਜਨਕ ਹੈ ਕਿ ਇੱਥੋਂ ਦੇ ਜਿਹੜੇ ਵਾਟਰ ਬਕਸ ਦਾ ਪਾਣੀ ਸਪਲਾਈ ਹੁੰਦਾ ਉਹ ਬਹੁਤ ਗੰਦਾ ਪਾਣੀ ਹੈ ਇੱਥੋਂ ਤੱਕ ਕਿ ਜਿਹੜੇ ਪਿੰਡ ਦੇ ਲੋਕ ਨੇ ਬਾਹਰੀ ਖੇਤਾਂ ਦੇ ਵਿੱਚ ਟੋਇਲਟ ਜਾਂਦੇ ਨੇ ਲੈਟਰਨ ਜਾਂਦੇ ਨੇ ਅਤੇ ਉੱਥੇ ਹੀ ਹੱਥ ਧੋਂਦੇ ਨੇ ਜਿਹਦੇ ਨਾਲ ਬੱਚਿਆਂ ਨੂੰ ਬਿਮਾਰੀਆਂ ਫੈਲ ਰਹੀਆਂ ਨੇ ਅਤੇ ਖੁਡਾਲ ਕਲਾਂ ਪਿੰਡ ਦਾ ਇਸ ਬਹੁਤ ਵੱਡੇ ਪੱਧਰ 'ਤੇ ਜਿਹੜਾ ਪ੍ਰਭਾਵਿਤ ਹੋ ਰਿਹਾ ਮੇਰੇ ਨਾਲ ਪਿੰਡ ਨਿਵਾਸੀ ਇਕੱਠੇ ਹੋਏ ਨੇ ਹੈਂ ਕੀ ਸਮੱਸਿਆ ਮੁੱਖ ਕਦੋਂ ਤੋਂ ਸਮੱਸਿਆ ਇਹ ਕੀ ਹੱਲ ਚਾਹੁੰਦੇ ਨੇ ਕਰਦੇ ਹਾਂ ਗੱਲਬਾਤ ਹਾਂਜੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਥੇਦਾਰ ਗੁਰਮੇਲ ਸਿੰਘ ਸਰਕਲ ਬਰੇਟਾ ਅਕਾਲੀ ਦਲ ਅੰਮ੍ਰਿਤਸਰ ਜੀ ਜੀ ਕੀ ਕਹਿਣਾ ਚਾਹੁੰਦੇ ਇਹ ਸਾਰੀ ਸਮੱਸਿਆ ਬਾਰੇ ਪਹਿਲਾਂ ਚਾਨਣਾ ਪਾਓ ਸਮੱਸਿਆ ਇਹ ਹੈ ਜੀ ਸਾਨੂੰ ਤਿੰਨੇ ਪਿੰਡਾਂ ਨੂੰ ਮਸਾਂ ਦਾ ਇੱਕ ਸਕੂਲ ਮਿਲਿਆ ਪਹਿਲਾਂ ਅਸੀਂ ਆਪਦਾ ਚਲਾਉਂਦੇ ਰਹੇ ਹਾਂ ਜੇ ਉਹ ਸਕੂਲ ਮਿਲਿਆ ਤਾਂ ਬੱਚਿਆਂ ਨੂੰ ਵਾਟਰ ਬਕਸ ਦਾ ਪਾਣੀ ਜਿਹੜਾ ਆਉਂਦਾ ਹੈ ਉਹਦੇ ਵਿੱਚ ਲੀਕੇਜ ਹੈ ਜਦੋਂ ਮੋਟਰ ਬੰਦ ਕਰਦੇ ਨੇ ਉਹ ਪੁੱਠਾ ਪਾਣੀ ਖਿੱਚ ਲੈਂਦੀ ਹੈ ਘੱਟੋ ਘੱਟ 10-15 ਜਗ੍ਹਾ ਪੈ ਫੁੱਟੀ ਹੋਈ ਹੈ ਇਸ ਕਾਰਨ ਜਦੋਂ ਲੈਟਰੀਨ ਵਾਲੇ ਹੱਥ ਧੋਏ ਗੰਦਾ ਪਾਣੀ ਰੂੜੀਆਂ ਦਾ ਪਾਣੀ ਉਹ ਸਾਰਾ ਪਾਣੀ ਵਾਪ ਜਾਂਦਾ ਉਹੀ ਪਾਣੀ ਜਦੋਂ ਦੁਬਾਰੇ ਮੋਟਰ ਚੱਲਦੀ ਹੈ ਬੱਚਿਆਂ ਦੇ ਪੀਣ ਦੇ ਅਤੇ ਖੁਰਾਲ ਕਲਾਂ ਦੇ ਸਾਰੇ ਨਾਗਰਿਕਾਂ ਦੇ ਪੀਣ ਦੇ ਕੰਮ ਆਉਂਦਾ ਜਿਸ ਦੇ ਨਾਲ ਕਾਲਾ ਪੀਲੀਆ ਕੈਂਸਰ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਹੋ ਚੁੱਕਾ ਹੈ ਅਤੇ ਬੱਚਿਆਂ ਨੂੰ ਵੀ ਬਿਮਾਰੀਆਂ ਦਾ ਡਰ ਹੈ ਇਸ ਕਰਕੇ ਅਸੀਂ ਸਰਕਾਰ ਤੋਂ ਪੁਰਜ਼ੋਰ ਉਮੀਦ ਕਰਦੇ ਹਾਂ ਕਿ ਇਹ ਵਾਟਰ ਬਕਸ ਦਾ ਕੋਈ ਇਲਤਾਬ ਕੀਤਾ ਜਾਵੇ ਇਹ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਹਾਂ ਵੀ ਜੇ ਪਿਛਲੀਆਂ ਸਰਕਾਰਾਂ ਨੇ ਨਹੀਂ ਕਰਿਆ ਤੁਸੀਂ ਵਾਅਦੇ ਕਰਕੇ ਜਿੱਤੇ ਸੀ 92 MLA ਤੁਹਾਡੇ ਜਿੱਤੇ ਆਏ ਸੀ ਇਸ ਕਰਕੇ ਤੁਸੀਂ ਇਹਦਾ ਇੰਤਜ਼ਾਮ ਕਰੋ ਅਸੀਂ SDO ਤਾਂ STDO ਵਾਟਰ ਬਕਸ ਤੱਕ ਮਿਲ ਚੁੱਕੇ ਹਾਂ ਪਰ ਕੋਈ ਤਾਂ ਇਹਦੇ ਖਿਆਲ ਨਹੀਂ ਕੀਤਾ ਜਾਂਦਾ ਸਾਨੂੰ ਅਖੀਰ ਇੱਥੇ ਸਕੂਲ ਬੰਦ ਕਰਕੇ ਧਰਨਾ ਨਾ ਲਾਉਣਾ ਪਵੇ ਜੇ ਧਰਨਾ ਲਾਉਣਾ ਪਿਆ ਤਾਂ ਭਗਵੰਤ ਮਾਨ ਖੁਦ ਇਸ ਚੀਜ਼ ਦਾ ਜ਼ਿੰਮੇਵਾਰ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਕੀ ਨਾਮ ਹੈ ਤੁਹਾਡਾ ਗੁਰਤੇਜ ਸਿੰਘ ਹੈ ਜੀ ਯੂਨੀਅਨ 'ਚ ਕੰਮ ਕਰਦੇ ਹੋ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਡਕੌਂਦਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਤਾਂ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਗੰਦਾ ਪਾਣੀ ਹੈ ਜੀ ਬਹੁਤ ਜ਼ਿਆਦੇ ਇਹ ਬੱਚੇ ਬਿਮਾਰ ਵੀ ਬਹੁਤ ਹੋ ਜਾਂਦੇ ਨੇ ਜਿਹੜਾ ਡਾਇਲਟ ਕਰਦੇ ਨੇ ਲੋਕ ਇੱਥੇ ਹੀ ਹੱਥ ਧੋਈ ਜਾਂਦੇ ਨੇ ਇਹੀ ਪਾਣੀ ਸਕੂਲ ਨੂੰ ਜਾਈ ਜਾਂਦਾ ਖੁਡਾਲ ਕਲਾਂ ਨੂੰ ਜਾਈ ਜਾਂਦਾ ਵੀ ਇਹ ਬਹੁਤ ਮਾੜਾ ਇਹਦਾ ਨਤੀਜਾ ਹੈ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹਦਾ
कोई इंतजाम करना चाहिए। एस डी ओ नूं असीं कई बार मिल चुके हैं, उन्हूं पाइपां पूपां बारे भी होर भी भाई इहदा हल समस्या किन्ने चिर तों पाइप ही माड़ी पई हुई है जां उदों बाद कोई समस्या की करना? समस्या तां कई साल सारे तों 2 साल 1.5 साल तों है, ये बार बार लीक करी जाती है। इन्होंने पाइप पूप माड़े पाए हुए ने, जोड़ खुले ने इन्हां दे, ये बार बार लीक होई जाती है। ये 1-1.5 किलोमीटर तक ही है, सारा खराब है रस्ता। असीं तां यही बेनती करते हैं जे ना सरकार ने साडी गल कोई सुनी तां फिर इत्थे धरना लावांगे, सने बच्चों नूं लैके स्कूल दे तिन्ने पिंड जरूर धरना लावांगे इत्थे भी, नहीं तो बच्चों का बहुत नुकसान हो ही जाता है। फिर बच्चों पढ़ाने कास वास्ते जे बीमारियां नाली मरी गए पानी कहते। तीन पिंडां दी समस्या है तो संबंधित MLA प्रिंसीपल बुधराम तो होर प्रशासन अधिकारी भी इतने पहुँचते रहे होंगे, उन्हें ध्यान च लिया समस्या कदे? पहला नहीं जी कदे लिया उन्होंने ध्यान च जी, पहला ध्यान च नहीं लेंदे। हुण अफसरां नूं मिलदे रहे हैं, सारयां नूं मिलदे रहे हैं, मिल के हुण तां बस सरकार नूं बेनती करदे हां भी इह साडा कम सिरे चढ़ावे, जे नहीं चढ़ांदी फिर आपदा, असीं तुहानूं पती है भी धरना जिहड़ा कम असीं करदे हां करना पऊगा सानूं। किन्ने चिर तक उम्मीद करदे हो तो उस तों बाद तुसीं आपदा जिहड़ा, असीं इह कहिंदे हां भी जे चलो सरकार नूं पता लगदा 10-20 महीने तक इह करे, नहीं उदू बाद फिर धरना लावांगे जी। हां जी, की नाम तुहाडा जी? चरणजीत सिंह जी। चरणजीत सिंह जी, तुसीं लम्मा समां स्कूल नाल जुड़े हुए हो, वड्डी समस्या इह। हाँ जी, खुडाल कलां पिंड पहला ही मैं दस चुका कि कैंसर के मरीज बहुत ज़्यादा वड्डी गिनती दे विच इत्थे हो चुके ने, ते तिन्नां पिंडां दे बच्चे इस घातक बीमारियां नाल जूझणगे आने वाले समय दे विच, इहदे रिजल्ट बहुत माड़े निकलणगे, की कहना चाहुंदे हो? सर जी, एक जिहड़े अपने इह ने अपना वाटर सप्लाई वाला हैल्प नंबर हैगा, उह ते असीं घट्ट तों घट्ट 50 वारी फोन कर चुके जी, उहनां ने साडा कोई मसला हल नहीं कीता जी। एस डी ओ नूं वी मिल चुके जी, मैं 10 वारी मिल रही जी, उन्होंने कहते भी यदा थोड़ी पंचायतों थ्रू पई हुई है पाइप लैन, यह मसला असी नहीं हल कर सकते, सानू यह जवाब देंगे जी मूहरों। अच्छा, जे बच्चे ने 3 खडाल के बच्चे पढ़ने आते हैं इतने, हफ्ते के 5-7 बच्चे बीमार पै जाते हैं जी, पर यह कोई उ नहीं कर रहा, चानण ही नहीं पै रहा जी। असी सरकार को अपील यही करते हैं भी महीना भी दिन के मसला हल होना चाहिए, चाहे फिर स्कूल बंद करने वास्ते मजबूर होना पेगा सानू जी, सरना लाना पेगा जी। रास्ते के जिधरों पानी सप्लाई चलती है, एक रूड़ी लगी हुई है, ये बारे कुछ पिंड वासी कहना चाहते हैं। हाँ जी, ये रूड़ी के थले जी पानी लीक है जी, जिहड़ा पानी दी पहला रास्ते च वग जाता जी, उदू बाद में इन्होंने उत्ते लाती रूड़ी, हुण पता नहीं लगता है पानी किधर जाता जी, रूड़ी के विचे खपता जी। मैं जदों पानी दोबारे वाटर सप्लाई बंद होंदी होगी फिर गंद मंद जाऊगा जी, विच जाता जी। ये रूड़ी की उन्होंने पता नहीं इस गल का भी पानी? ऐ नहीं पता है कि रूड़ी, ये गरीब जनता च रूड़ियाँ लगे हुई ने जी। हाँ जी, की नाम है तुहाडा? मेरा नाम है जी बलजिंदर सिंह, साबका सैनिक। तो मैं यही अपील करदा सरकार नूं भी सरकार इस वल ध्यान दे, ताकि ये बच्चे ने गंदा पानी पींदे ने भी ना पीण, बीमारियां तो बचण जी। जी, तुसीं सुनिया इस पिंड दे निवासियां नूं असीं पहला ही दस चुके हैं कि यह समस्या छोटी नहीं है। असीं तुहानूं दिखाउने आ कि लंमे राह दे विच थां थां ते इह पाइप फुट्टी पई है, तो पाइप फुट्टी जो पानी छड्डा जाता है बहुत बड़े पद्धर का जो पानी है वह बाहर निकलता है, तो जो वाटर सप्लाई बंद की जाती है उही पानी दुबारे पाइपां दे विच चले जाता है। तो असी अपने पद्धर से अपील भी पिंडां नूं करना चाहते हैं, जेकर तुहाडे बच्चे स्कूल पढ़ते हैं बेशक पाइपलाइन फुट्टी हुई है, पर सानूं इन्नी क समझ जरूर होनी चाहिए है कि असी टॉयलेट आने इत्थे पिंडां दे विच जदों खेतां दे विच, तां घट्टो घट्ट सानूं इस गल का ख्याल रखना चाहिए है कि पीण वाला पानी है, तो पीते कौन ने? तुहाडे ही बच्चे स्कूल पढ़ते पीते हैं, तो नाल खुडाल कलां पिंड है जिहड़ा वह पी रहा है। हुण इस पिंड दे निवासियों का यह कहना है कि संघर्ष का राह अख्तियार करना पैंदा है जदों कोई सरकार गल नहीं सुनती। हुण देखना होएगा कि आम आदमी पार्टी सरकार जिहड़ी बड़े बड़े दावयां दे नाल इस पंजाब की सत्ता ते काबज़ होई है, कदों तक इन्हां पिंड निवासी जिहड़ी मंग है वह पूरी करती है? सो बने रहो सिरलेख दे नाल।